ਭਾਜੀ ਟੈਸਨ ਵਾਲੇ ਆ ਗਏ ਭਾਜੀ ਟੈਸਨ ਵਾਲੇ ਲੋ ਜੀ ਟੈਸਨ ਵਾਲਾ ਨੇ ਛਾਪਾ ਮਾਰਿਆ ਜੀ ਪੂਰੇ ਚੁੱਪ ਚੁਪੀਤੇ ਘਰੇ ਲੋ ਜੀ ਹੁਣ ਆਪਾਂ ਗੱਲਾਂ ਬਾਤਾਂ ਕਰੀਏ ਲਓ ਜੀ ਫਿਰ ਮੈਨੂੰ ਫੜਾਓ ਫਿਰ ਰਿਆਏ ਕਰ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਚੱਲ ਪਿਆ ਨੈਟਵਰਕ ਕੋਈ ਚੱਕਰ ਨਹੀਂ ਥੋੜ੍ਹਾ ਜਿਹਾ ਇੱਧਰ ਨਵੀਂ ਸੁਸਾਇਟੀ ਹੈ ਇੱਧਰ ਥੋੜ੍ਹਾ ਪ੍ਰੋਬਲਮ ਆ ਜਾਂਦੀ ਹੈ ਚਲੋ ਕੋਈ ਨਹੀਂ ਜੀ ਸਭ ਤੋਂ ਪਹਿਲਾਂ ਸਾਰੇ ਪਿਆਰ ਕਰਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਹਰ ਇੱਕ ਗਾਣੇ ਨੂੰ ਹੋਰ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੇ ਲਈ ਵਧੀਆ ਗਾਣੇ ਲੈ ਕੇ ਆਉਣ ਦੀ ਅਤੇ ਹੁਣ ਨਵਾਂ ਗਾਣਾ ਆ ਰਿਹਾ ਜੀ ਆਪਣਾ ਅੰਟੀਨਾ ਉਹਦੀ ਡੇਟ ਵੀ ਤੁਹਾਨੂੰ ਹੁਣੇ ਦੱਸਾਂਗੇ ਥੋੜ੍ਹਾ ਜਿਹਾ ਇੰਨੇ ਆਪਾਂ ਗੱਲਾਂ ਬਾਤਾਂ ਕਰ ਦਿਆਂਗੇ ਇੰਨੇ ਕਮੈਂਟ ਪੜ੍ਹਦੇ ਹਾਂ ਥੋੜ੍ਹੇ ਚੇਤਨ ਔਲ ਜਿਹਾ ਹੈਲੋ ਕੁਲਵਿੰਦਰ ਭਾਅ ਜੀ ਨਰਿੰਦਰ ਕਹਿੰਦਾ ਕਿਵੇਂ ਹੋ ਬਾਈ ਜੀ ਵੈਰੀ ਗੁੱਡ ਬਾਈ ਜੀ ਗਗਨ ਸੈਣੀ ਹਾਂਜੀ ਕਿਵੇਂ ਹੋ ਰਾਜਨ ਤਿਵਾੜੀ ਸਤਿ ਸ਼੍ਰੀ ਅਕਾਲ ਵੀਰੇ ਸਾਜਨ ਯਾਦਵ ਯਾਰ ਮਹੀਨੇ ਤੋਂ ਰਾਣਾ ਸਾਹਿਬ ਸੁਖਵਿੰਦਰ ਕੌਰ ਸ਼ਿਲਪਾ ਰਾਏ ਅਤੇ ਮਨਜਿੰਦਰ ਕਾਲਾ ਸਾਰਿਆਂ ਵੱਲੋਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਤੁਸੀਂ ਇੱਦਾਂ ਹੀ ਗਾਣਿਆਂ ਨੂੰ ਮੈਨੂੰ ਪਿਆਰ ਦਿੰਦੇ ਰਹੋ ਅਤੇ ਹੋਰ ਬਾਕੀ ਗੱਲਾਂ ਮੈਂ ਤੁਹਾਨੂੰ ਪਤਾ ਵੀ ਵੈਸੇ ਗੱਲਾਂ ਮੈਨੂੰ ਘੱਟ ਹੀ ਆਉਂਦੀਆਂ ਨੇਗੀਆਂ ਥੋੜ੍ਹਾ ਬਹੁਤਾ ਗਾਗੂ ਲਈਦਾ ਹੈਗਾ ਪਰ ਗਾਉਣ ਵਾਲਾ ਕੰਮ ਠੀਕ ਲੱਗਦਾ ਬੋਲਣ ਵਾਲਾ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਚਲੋ ਫਿਰ ਵੀ ਅੱਜ ਸਾਡੇ ਨਾਲ ਟੀਮ ਆਈ ਹੋਈ ਪਰ ਅਸੀਂ ਨਾਲ ਦੀ ਨਾਲ ਤੁਹਾਨੂੰ ਟੀਮ ਦੇ ਵੀ ਦਰਸ਼ਨ ਕਰਾਵਾਂਗੇ ਸਾਡੇ ਕਰਾਵਾਂਗੇ ਜੀ ਇਹ ਕੀ ਮਤਲਬ ਪਿੱਛੇ ਮੈਂ ਤੁਹਾਨੂੰ ਦਿਖਾਉਣਾ ਜੀ ਆਹ ਬੰਦੇ ਨੇ ਨਾ ਜਿਹੜੇ ਇਹ ਕਰੀ ਜਾਂਦੇ ਨੇ ਅਸੀਂ ਆਉਣਾ ਨਹੀਂ ਕੈਮਰੇ ਤੋਂ ਪਰ ਇਹਨਾਂ ਨੂੰ ਆਪਾਂ ਲੈ ਕੇ ਆਵਾਂਗੇ ਲਓ ਜੀ ਇੱਧਰ ਮਾਤਾ ਜੀ ਦਾ ਵੀ ਸਾਡੀ ਦਾ ਫੋਨ ਆ ਗਿਆ ਦੇਖ ਸਕਦੇ ਮੰਮੀ ਜੀ ਦਾ ਵੈਸੇ ਪੁੱਠਾ ਲਿਖਿਆ ਹੁੰਦਾ ਇਹਦੇ ਵਿੱਚ ਮੰਮੀ ਦਾ ਵੀ ਫੋਨ ਸੁਣ ਲਈ ਇੱਕ ਮਿੰਟ ਫੋਨ ਸੁਣ ਲਈਏ ਜੀ ਇੱਕ ਮਿੰਟ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਮੰਮੀ ਠੀਕ ਹੈ ਹਾਂ ਜਿੰਮ ਹਜੇ ਜਾਣਾ ਮੰਮੀ ਥੋੜ੍ਹਾ ਜਿਹਾ ਅੱਜ ਚੈਨਲ ਵਾਲੇ ਆਏ ਹੋਏ ਸੀ ਘਰੇ ਥੋੜ੍ਹਾ ਮੈਂ ਬਿਜ਼ੀ ਹਾਂ ਫਿਰ ਮੈਂ ਫਿਰ ਫੋਨ ਕਰੂੰਗਾ ਠੀਕ ਹੈ ਠੀਕ ਹੈ ਮੰਮੀ ਸਤਿ ਸ਼੍ਰੀ ਅਕਾਲ ਹਾਂ 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 ਫਿਰ ਮੈਂ ਕਰਦਾ ਫੋਨ ਓਕੇ ਲਓ ਜੀ ਰੁਕਾਵਟ ਕੇ ਲਈ ਖੇਸ ਸੀ ਕਹਿੰਦੇ ਮਾਂ ਦਾ ਫੋਨ ਹੋਵੇ ਅਤੇ ਫਿਰ ਨਾ ਚੱਕੀਏ ਕਿਉਂਕਿ ਮਾਵਾਂ ਨੇ ਦੁਆਵਾਂ ਕਰਕੇ ਆਪਣੇ ਪੁੱਤਾਂ ਲਈ ਇਹਨੇ ਪਾਥੀਆਂ ਪੱਥਣ ਵੇਲੇ ਵੀ ਦੁਆਵਾਂ ਕੀਤੀਆਂ ਮੇਰਾ ਪੁੱਤ ਤਰੱਕੀ ਕਰੇ ਉੱਦਾਂ ਹੀ ਮੇਰੀ ਮਾਂ ਨੇ ਜਦੋਂ ਵੀ ਮਾੜੀ ਮੋਟੀ ਕੋਈ ਢਿੱਲ ਮੱਠ ਹੁੰਦੀ ਹੈ ਜੋ ਵੀ ਕੁਛ ਵੀ ਹੁੰਦਾ ਜਦੋਂ ਵੀ ਮੈਂ ਮਿਹਨਤ ਕਰਦਾ ਸੀਗਾ ਉਦੋਂ ਸੁੱਖ ਸੁੱਖ ਕੇ ਆਉਣੀ ਸੀਗੀ ਕਹਿੰਦੇ ਉਹਨੇ ਕਿਹਾ ਵੀ ਆਪਣੇ ਵਹਿਮ ਭਰਮ ਲਾ ਲਓ ਜੋ ਕੁਛ ਮਰਜ਼ੀ ਲਾ ਲਓ ਹੈ ਨਾ ਵੀ ਉੱਥੇ ਮੈਂ ਉਹ ਕਰਕੇ ਆਊਂਗੀ ਮਾਂ ਮਾਂ ਤਾਂ ਆਪਣੇ ਪੁੱਤਾਂ ਲਈ ਸਾਰੇ ਨੇ ਦੁਆਵਾਂ ਕਰਦੀ ਨੇ ਚਲੋ ਜੀ ਬਾਕੀ ਮੇਰੇ ਮਿੱਤਰ ਪਿਆਰੇ ਬਹੁਤ ਜ਼ਿਆਦਾ ਮੈਸੇਜ ਕਰ ਰਹੇ ਨੇ ਮੰਗੂ ਕਪੂਰ ਗਲੀ ਆਪਣੀ ਅਜੇ ਨਾਭਾ ਹਮ ਸਾਗਰ ਹਰਪਾਲ ਸਿੰਘ ਜੋੜਾ ਬੀਬੀ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਮਾਤਾ ਨੂੰ ਸਤਿ ਸ਼੍ਰੀ ਅਕਾਲ ਆ ਗਈ ਜੀ ਬਾਈ ਅਮਨ ਬੀਬੀ ਭਾਈ ਸਾਡੀ ਸਤਿ ਸ਼੍ਰੀ ਅਕਾਲ ਸ਼ੁਭਮ ਸਿੰਘ ਦੇਵਗੜੀਆ ਹੈਲੋ ਡਾਰਲੋ ਕਿਆ ਬਾਤ ਆ ਜੀ ਤਰਨ ਅਰੋੜਾ ਵੇਟ ਫੋਰ ਨੈਕਸਟ ਲਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਸ਼ਰਟ ਐਂਡ ਚੈਨ ਬਹੁਤ ਸੋਹਣੀ ਹੈ ਗਲੇ ਵਾਲੀ ਬਾਈ ਅੱਛਾ ਬਾਈ ਥੋੜ੍ਹੀ ਮਾਰ ਜੀ ਫੁਕਰੀ ਫਿਰ ਨਹੀਂ ਠੀਕ ਹੀ ਹੈ ਗੱਲ ਕਰਦਾ ਜੀ ਆਪਣਾ ਨਵਾਂ ਗਾਣਾ ਆ ਰਿਹਾ 12 ਤਰੀਕ ਨੂੰ ਡੇਟ ਹੁਣੇ ਅਨਾਊਂਸ ਕੀਤੀ ਆਪਾਂ ਨੇ ਅਜੇ ਪੋਸਟਰ ਵੀ ਆਪਾਂ 12 ਤਰੀਕ ਵਾਲਾ ਪਾਇਆ ਨਹੀਂ 12 ਤਰੀਕ ਨੂੰ ਆਪਣਾ ਗਾਣਾ ਆ ਰਿਹਾ ਜੀ ਨਵਾਂ ਅੰਟੀਨਾ ਪਹਿਲਾ ਟਾਈਮ ਟੇਬਲ ਦੂਜਾ ਟਾਈਮ ਟੇਬਲ ਪਰ ਇਹਦਾ ਨਾਂ ਸੀ ਟਾਈਮ ਟੇਬਲ ਨਹੀਂ ਰੱਖਿਆ ਕਿਉਂਕਿ ਫਿਰ ਆਪਸ ਦੇ ਵਿੱਚ ਕੰਪੈਰੀਜ਼ਨ ਹੋ ਜਾਂਦਾ ਉਹ ਵਧੀਆ ਸੀ ਪਰ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਜ਼ਿੰਦਗੀ ਦੇ ਵਿੱਚ ਹੰਢਾਈਆਂ ਹੁੰਦੀਆਂ ਨੇ ਮੈਂ ਪਿੱਛੇ ਜਿਹੇ ਇੰਗਲੈਂਡ ਗਿਆ ਸੀ ਉੱਥੇ ਹਰ ਇੱਕ ਘਰ ਦੇ ਉੱਤੇ ਅੰਟੀਨਾ ਦੇਖਣ ਨੂੰ ਮਿਲਦਾ ਸੀਗਾ ਹਰ ਘਰ ਦੇ ਉੱਤੇ ਪਰ ਆਪਣੇ ਤਾਂ ਅੰਟੀਨੇ ਵਾਲਾ ਸਿਸਟਮ ਹੋ ਗਿਆ ਖਤਮ ਪਰ ਉਹ ਯਾਦਾਂ ਨੇ ਜਿਹੜੀਆਂ ਨਾ ਅੰਟੀਨਾ ਸੈੱਟ ਕਰਨਾ ਸੀ ਵੀ ਚੱਲ ਪਿਆ ਉਦੋਂ ਸ਼ਕਤੀਮਾਨ ਆਉਂਦਾ ਸੀ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਅਤੇ ਅਲਫ ਲੈਲਾ ਚੱਲਦੀ ਹੁੰਦੀ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਸਾਰੇ ਜਦੋਂ ਮੈਂ ਪੋਸਟਰ ਪਾਇਆ ਸੀਗਾ ਕਾਫੀ ਆਰਟਿਸਟ ਜੋ ਪਹਿਲਾਂ ਮੇਰੇ ਮਿੱਤਰ ਵੱਡੇ ਨੇ ਹੈ ਨਾ ਸਾਰਿਆਂ ਦੇ ਕਹਿੰਦੇ ਕਈ ਅੰਤਰ ਨਾ ਯਾਰ ਅੱਖਾਂ 'ਚ ਪਾਣੀ ਆ ਗਿਆ ਚੀਜ਼ ਦੇਖ ਕੇ ਸਾਡਾ ਸਮਾਂ ਯਾਦ ਆ ਗਿਆ ਜਿੱਦਾਂ ਮੈਂ ਹੇਅਰ ਸਟਾਈਲ ਆਪਣਾ ਟੇਢਾ ਰੱਖਿਆ ਨਾ ਇੱਦਾਂ ਫੂਕ ਮਰੇ ਤੋਂ ਡਾਉਂਦੇ ਸੀ ਅਜੇ ਦੇਵਗਨ ਸਟਾਈਲ ਅਤੇ ਉਹ ਚੀਜ਼ਾਂ ਹੰਢਾਈਆਂ ਹੋਈਆਂ ਜਦੋਂ ਆਪਣੇ ਗਾਣਿਆਂ 'ਚ ਲੈ ਕੇ ਆਉਂਦੇ ਤਾਂ ਬੜਾ ਸਵਾਦ ਆਉਂਦਾ ਅਤੇ ਵਧੀਆ ਵੀ ਕੀਤਾ ਜਾਂਦਾ ਆਟੋਮੈਟਿਕਲੀ ਉਹਨਾਂ ਦੇ ਵਿੱਚ ਜਿਹੜੀ ਐਕਟਿੰਗ ਹੈ ਵੀਡੀਓ ਡਾਇਰੈਕਟਰ ਜਿੱਦਾਂ ਫਰੇਮ ਸਿੰਘ ਹੋਰਾਂ ਨੇ ਇਹ ਗਾਣਾ ਕੀਤਾ ਆਪਣਾ
ਪਨੀਤ ਬੇਦੀ ਅਤੇ ਮੋਹਿਤ ਮਿੱਤਾ ਵੀਡੀਓ ਡਾਇਰੈਕਟਰ ਨੇ ਦੋਨੇ, ਅਤੇ ਉਹਨਾਂ ਨੂੰ ਮੈਂ ਕਹਿੰਦਾ ਵੀ ਮੈਨੂੰ ਇਹਦੇ ਵਿੱਚ ਤੁਸੀਂ ਬਸ ਇਕੱਲੀ ਟੇਕਿੰਗ ਕਰਨੀ ਹੈ, ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਮੇਰੇ ਅੰਦਰ ਨੇ ਇਹ ਚੀਜ਼ਾਂ ਮੈਂ ਹੰਢਾਈਆਂ ਨੇ ਸਾਰੀਆਂ, ਅਤੇ ਪਰ ਤੁਸੀਂ ਦੇਖਿਓ ਬਹੁਤ ਇੰਜੋਏ ਕਰੋਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਤੁਸੀਂ ਵੀਡੀਓ ਦੇਖੇ ਬਿਨਾਂ ਤੁਸੀਂ ਟੀ ਵੀ ਤੋਂ ਉੱਠੋਗੇ ਨਹੀਂ, ਇੰਨਾ ਤੁਹਾਡੇ ਲਈ ਗਰੰਟੀ ਹੈ, ਉਹ ਗਾਣੇ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਡੀ ਸਟੋਰੀ, ਤੁਹਾਡਾ ਪਿਆਰ ਤੁਹਾਨੂੰ ਉਹਦੇ ਵਿੱਚ ਦਿਖੂਗਾ ਆਪਣਾ। ਲਓ ਜੀ ਹੁਣ ਥੋੜ੍ਹੇ ਜਿਹਾ ਆਪਾਂ ਫਿਰ ਮੈਸੇਜ ਪੜ੍ਹਦੇ ਹਾਂ। ਅਮਰ ਪ੍ਰਤਾਪ ਸਿੰਘ ਰਾਣਾ ਜੇ ਟਾਈਮ ਟੇਬਲ ਕੋ ਥਰਡ ਨਾ ਗਿਆ ਬਾਈ, ਸੁਖਵਿੰਦਰ ਕੌਰ ਤੁਹਾਡੀ ਲੁੱਕ ਬਹੁਤ ਨਾਈਸ ਲੱਗਦੀ ਹੈ ਸੌਂਗ ਦੇ ਪੋਸਟਰ ਵਿੱਚ, ਥੈਂਕ ਯੂ ਬਾਈ ਜੀ, ਥੈਂਕ ਯੂ। ਸੁਮਿਤ ਕੁਮਾਰ, ਹੈਲੋ ਬਾਈ ਜੀ ਕੀ ਹਾਲ ਹੈ, ਬਹੁਤ ਵਧੀਆ ਵੀਰੇ, ਕੈਂਪ ਕੈਂਪ ਪੂਰੇ। ਗਗਨ ਸਿੰਘ ਭਾਅ ਜੀ ਮੇਰਾ ਗਾਣਾ ਗਾ ਦਿਓ ਪਿੰਡ ਵਰਸੇ ਬਲੈਕ, ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਸਾਡੀ ਟੀਮ ਦੇ ਬੰਦੇ ਵੀ ਮਿਲਾਵਾਂਗੇ ਜਿਹੜੇ ਸਾਡੀ ਟੀਮ ਦੇ ਪਿੱਛੇ ਕੰਮ ਕਰਦੇ ਨੇ, ਜਿਨ੍ਹਾਂ ਦੇ ਵਿੱਚ ਹਰਦੀਪ ਮਾਨ ਸਾਹਿਬ ਅਤੇ ਨਾਲ ਸਾਡੇ ਸੰਦੀਪ ਬਰਾੜ ਜਿਹੜਾ ਕਹਿੰਦਾ ਸੇਮ ਟਾਈਮ ਸੇਮ ਜਗ੍ਹਾ। ਬਾਈ ਜੀ ਮਾੜਾ ਉਹਨਾਂ ਨੂੰ ਫੋਨ ਕਰ ਦਿਓ ਹਰਦੀਪ ਹੋਰਾਂ ਨੂੰ, ਹੈ ਨਾ ਵੀ ਅਸੀਂ ਘਰ ਆਏ ਹੋਏ ਹਾਂ, ਉਹ ਥੋੜ੍ਹਾ ਜਿਹਾ ਸਾਡੀ ਤਾਂ ਤਿਆਰੀ ਸੀ ਉਹਨੂੰ ਜਿੰਮ ਜਾਣ ਦੀ, ਪਰ ਉਹ ਤੋਂ ਬਾਈ ਹੋਰਾਂ ਨੇ ਛਾਪਾ ਮਾਰਿਆ ਪੂਰਾ, ਅਤੇ ਪਰ ਹੁਣ ਆਪਾਂ ਨੂੰ ਹਾਜ਼ਰੀ ਹੈ ਜੀ। ਹਾਂਜੀ ਹਾਂਜੀ ਪੇਜ ਬਾਰੇ ਵੀ ਗੱਲ ਕਰਦੇ, ਅਤੇ ਨੰਬਰ ਹੈ ਜੀ ਆਪਣਾ ਔਫਿਸ ਵਾਲਾ ਨੰਬਰ ਹੈ ਜਿਹੜਾ, ਉਹਦੇ 'ਤੇ ਕਾਲ ਕਰ ਲਓ ਜੀ 9872013931, ਉੱਥੇ ਹਰਦੀਪ ਸਿੰਘ ਜੀ ਤੁਹਾਨੂੰ ਉਹਨਾਂ ਨੂੰ ਬੁਲਾ ਲਓ। ਅਤੇ ਨਾਲੇ ਜੀ ਆਪਣਾ ਫੈਨ ਪੇਜ ਤੁਹਾਨੂੰ ਪਤਾ ਹੀ ਹੋਊਗਾ, 2 ਮਿਲੀਅਨ ਦਾ ਫੈਨ ਪੇਜ ਸੀਗਾ, ਪਤਾ ਨਹੀਂ ਕਿਸੇ ਨੇ ਸ਼ਰਾਰਤੀ ਅਨਸਰ ਨੇ ਕੋਈ ਸਾਡੇ ਨਾਲ ਕੋਈ ਰੰਜਿਸ਼ ਲਾ ਲਓ ਜਾਂ ਕੁਛ ਵੀ ਲਾ ਲਓ, ਕਿਸੇ ਨੇ ਡਿਲੀਟ ਕਰਵਾਇਆ, ਪਤਾ ਨਹੀਂ ਕੋਈ ਫੇਸਬੁੱਕ ਦੀ ਸਕਿਉਰਟੀ ਰੀਜ਼ਨ ਕਰਕੇ ਕੋਈ ਡਿਲੀਟ ਹੋਇਆ, ਪਤਾ ਨਹੀਂ, ਪਰ 4-5 ਸਾਲਾਂ ਦੀ ਸਾਡੀ ਮਿਹਨਤ ਸੀ, ਇੱਕ ਇੱਕ ਫੈਨ ਸਾਡਾ ਜੈਨੂਅਨ ਸੀਗਾ, ਅਤੇ ਸਾਡੇ ਫੈਨ ਪੇਜ 'ਤੇ ਤੁਸੀਂ ਦੇਖਦੇ ਸੀ ਰੀਚ ਵੀ ਹਰ ਇੱਕ ਪੋਸਟ ਨੂੰ 2-2 ਲੱਖ ਲਾਈਕ ਆਉਂਦੇ ਸੀਗੇ, ਅਤੇ ਪਰ ਬਹੁਤ ਦੁੱਖ ਹੋਇਆ ਜਦੋਂ ਇਹ ਕੰਮ ਹੋਇਆ। ਗਾਣਾ ਲੇਟ ਹੋਣ ਦਾ ਰੀਜ਼ਨ ਵੀ ਇਹੀ ਸੀਗਾ, ਕਿਉਂਕਿ ਪਹਿਲਾਂ ਗਾਣਾ 30 ਤਰੀਕ ਨੂੰ ਰਿਲੀਜ਼ ਕਰਨਾ ਸੀਗਾ, ਅਸੀਂ ਸੋਚਦੇ ਸੀ ਪੇਜ ਸਾਡਾ ਵਾਪਸ ਆ ਜੂਗਾ, ਚਲੋ ਫਿਰ ਪੋਸਟਰ ਪਾਵਾਂਗੇ ਪੋਸਟਰ ਪਾਵਾਂਗੇ, ਪਰ ਕਰਦੇ ਕਰਦੇ ਪਹਿਲਾਂ 30 ਤਰੀਕ ਡੇਟ ਦੇਖੀ, 30 ਤੱਕ ਦੇਖਿਆ ਵੀ ਸਾਡਾ ਫੈਨ ਪੇਜ ਵਾਪਸ ਨਹੀਂ ਆਇਆ, ਅਤੇ ਫਿਰ ਹੁਣ ਅਸੀਂ ਨੇ ਡੇਟ ਦੀ 12 ਤਰੀਕ ਰੱਖੀ ਹੈ, ਪਰ ਫੈਨ ਹੁੰਦੇ ਨੇ ਨਾ, ਫੈਨ ਪੇਜ ਇੱਦਾਂ ਦੇ ਬਥੇਰੇ ਬਣ ਜਾਣਗੇ, ਤੁਸੀਂ ਪਿਆਰ ਕਰਦੇ ਹੋ ਤਾਂ ਇੱਦਾਂ ਪਿਆਰ ਕਰਦੇ ਰਹੋ, ਪਰ ਜਿਹਨੇ ਵੀ ਇਹ ਕੰਮ ਕੀਤਾ ਕੰਮ ਬਹੁਤ ਮਾੜਾ ਕੀਤਾ, ਕਿਉਂਕਿ ਆਪਾਂ ਜੋ ਵੀ ਤੁਹਾਨੂੰ ਪਤਾ ਹੀ ਆਪਣੇ ਪਿੱਛੇ ਜਿਹੜੀ ਮਿਹਨਤ ਹੈ ਉਹ ਇੱਦਾਂ ਹੈ ਨਹੀਂ ਵੀ ਆਪਾਂ ਜੇ ਚਲੋ ਗਾਣਾ ਆ ਗਿਆ ਫਿਰ ਆਪਾਂ ਨੇ ਨਾਲ ਦੀ ਨਾਲ ਗਾਉਣਾ ਸ਼ੁਰੂ ਕਰਿਆ, ਨਾ ਜੀ ਪਹਿਲਾਂ ਗਾਣਾ ਆਉਂਦਾ ਕਈਆਂ ਦੇ, ਅਤੇ ਫਿਰ ਗਾਣਾ ਆਇਆ ਸੀ ਆਪਣਾ 9 ਐਕਸਪ੍ਰੈਸ਼ਨ ਵੱਲੋਂ, ਅਤੇ ਤੁਹਾਨੂੰ ਹੋਰ ਵੀ ਇੱਕ ਗੱਲ ਦੱਸਣਾ ਚਾਹੁੰਦਾ, ਕਿਸੇ ਟਾਈਮ ਦੇ ਵਿੱਚ ਕਹਿੰਦੇ ਨੇ ਕਿ ਆਪਾਂ ਸਟਰਗਲ ਕਰਦੇ ਹਾਂ, ਚੰਗੇ ਬੰਦਿਆਂ ਨਾਲ ਵੀ ਤੁਹਾਡਾ ਵਾਹ ਪੈਂਦਾ, ਮਾੜੇ ਨਾਲ ਵੀ ਵਾਹ ਪੈਂਦਾ, ਇੱਦਾਂ ਹੀ ਕਿਸੇ ਨਾਲ ਵਾਹ ਪਿਆ ਸੀ ਮੇਰਾ, ਮੈਂ ਮਾੜਾ ਨਹੀਂ ਕਹੂੰਗਾ, ਪਰ ਸਮਾਂ ਜਦੋਂ ਤੁਹਾਡੇ 'ਤੇ ਬੁਰਾ ਹੁੰਦਾ, ਉਸ ਵੇਲੇ ਮੈਨੂੰ ਜਮ੍ਹਾਂ ਕੱਟ ਆਫ ਕੀਤਾ ਹੋਇਆ ਸੀ ਇੰਡਸਟਰੀ, ਮੇਰਾ ਕੋਈ ਗਾਣਾ ਨਹੀਂ ਸੀ ਯਾਰ, ਮੈਂ ਚਾਹੁੰਦਾ ਸੀ ਵੀ ਮੈਂ ਗਾਣਾ ਕਰਾਂ, ਪਰ ਕੰਪਨੀ ਕਰਨੀ ਨਹੀਂ ਸੀ ਦਿੰਦੀ, ਮੈਂ ਵੀ ਫਰੈਂਕਲੀ ਕਹਿੰਦਾ, ਦੁੱਖ ਬਹੁਤ ਲੱਗਦਾ ਜੀ ਕਿਸੇ ਕਲਾਕਾਰ ਨੂੰ, ਤੁਸੀਂ ਕਿਸੇ ਪੰਛੀ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਲੈਂਦੇ ਹੋ ਨਾ, ਉੱਡਣਾ ਚਾਹੁੰਦਾ, ਉੱਦਾਂ ਹੀ ਇੱਕ ਸਿੰਗਰ ਦਾ ਕੰਮ ਹੈ, ਜਿਹੜੇ ਬੰਦੇ ਨੇ ਮਿਹਨਤ ਕੀਤੀ ਹੋਵੇ ਉਹਨੂੰ ਜ਼ਰੂਰ ਹੁੰਦਾ ਵੀ ਮੈਂ ਕੁਛ ਕਰਾਂ। ਉਸ ਵੇਲੇ ਜਦੋਂ ਮੇਰਾ ਕੋਈ ਨਹੀਂ ਸਾਥ ਦੇ ਰਿਹਾ ਸੀ, ਉਸ ਵੇਲੇ ਮੇਰੇ ਨਾਲ 9 ਐਕਸਪ੍ਰੈਸ਼ਨ ਬਲਜਿੰਦਰ ਐਸ ਮਹੰਤ ਬਾਈ ਨੇ, ਰਵੀ 9 ਐਕਸਪ੍ਰੈਸ਼ਨ ਦੀ ਸਾਰੀ ਟੀਮ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ, ਅਤੇ ਉਸ ਵੇਲੇ ਅਸੀਂ ਨੇ ਗਾਣਾ ਰਿਲੀਜ਼ ਕੀਤਾ ਸੀ, ਜਿੱਥੋਂ ਮੈਨੂੰ ਲੱਗਦਾ ਵੀ ਮੇਰੇ ਪਹਿਲਾਂ ਵੀ ਗਾਣੇ ਆਏ ਸੀ 2012-14 ਤੋਂ ਵੀ ਪਹਿਲਾਂ, ਪਰ ਉਸ ਵੇਲੇ ਮੈਨੂੰ ਇਹ ਲੱਗਦਾ ਵੀ ਮੇਰਾ ਦੁਬਾਰਾ ਜਨਮ ਹੋਇਆ ਸੀਗਾ ਗਾਇਕੀ ਦੇ ਵਿੱਚ, ਜਦੋਂ ਮੈਂ ਖੁੱਲ੍ਹ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ। ਤਿਆਰੀ ਹਾਂ ਦੀ ਗਾਣਾ ਮੈਂ ਜ਼ਰੂਰ ਸੁਣਾਊਂਗਾ, ਕਿਉਂਕਿ ਉਸ ਗਾਣੇ ਨਾਲ ਇੰਨਾ ਜ਼ਿਆਦਾ ਪਿਆਰ ਮਿਲਿਆ ਸੀ, ਮੁੜ ਕੇ ਬਾਬੇ ਜੀ ਐਸੀ ਮਿਹਰ ਹੋਈ ਵੀ ਥੱਲੇ ਆਉਣ ਦਾ ਉਸ ਬਾਅਦ ਹੀ ਨਹੀਂ ਪੈਦਾ ਹੋਇਆ, ਮਿਹਨਤ ਹੋਰ ਜ਼ਿਆਦਾ ਕੀਤੀ, ਤੁਹਾਨੂੰ ਮੈਂ ਗਾਣਾ ਗਵਾ ਤਿਆਰੀ ਹਾਂ।
ਕਈ ਸਾਲਾਂ ਤੋਂ ਜੀਵੂ ਚਾਹੁੰਦਾ ਸੀ ਮੈਂ, ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ, ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝਾਉਂਦਾ ਸੀ ਮੈਂ, ਜਿਹਦੇ ਪਿੱਛੇ ਮਿੱਤਰਾਂ ਨੇ ਕੀਤੀ ਪਰਵਾਹ ਨਾ ਧੁੱਪ ਛਾਂ ਦੀ ਐ, ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ, ਲੱਗਦਾ ਤਿਆਰੀ ਉਹਦੀ ਹਾਂ ਦੀ ਐ, ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ, ਲੱਗਦਾ ਤਿਆਰੀ ਉਹਦੀ ਹਾਂ ਦੀ ਐ। ਕਲਾਸ ਵਿੱਚ ਫੁੱਲ ਬੜ ਜਾਈਦਾ, ਜਿੱਥੇ ਉਹਨੇ ਲੰਘਣਾ ਹੈ ਪਹਿਲਾਂ ਖੜ ਜਾਈਦਾ, ਉਹਦੀ ਹੀ ਸਹੇਲੀ ਰੱਖੀ ਆਪਾਂ ਖਬਰੀ, ਖਬਰ ਦਿੰਦੀ ਜੋ ਹਰ ਥਾਂ ਦੀ ਐ, ਦੇਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ, ਲੱਗਦਾ ਤਿਆਰੀ ਉਹਦੀ ਹਾਂ ਦੀ ਐ। ਲਓ ਜੀ, ਮਿਹਰਬਾਨੀ ਬਾਈ ਜੀ, ਸ਼ੁਕਰੀਆ ਜੀ। ਅਤੇ ਆ ਕਮੈਂਟ ਵਾਲਾ ਕੰਮ, ਓਕੇ ਓਕੇ ਠੀਕ ਹੈ ਜੀ। ਲਓ ਜੀ, ਹੁਣ ਥੋੜ੍ਹੇ ਜਿਹਾ ਆਪਾਂ ਮੈਸੇਜ ਵੀ ਪੜ੍ਹ ਲਈਏ। ਜੇ ਸਟਾਰ ਯਤਨ ਕਹਿੰਦਾ ਜੀ ਟਾਈਮ ਟੇਬਲ 3 ਕਦੋਂ ਜੀ? 12 ਤਰੀਕ ਨੂੰ ਆਪਣਾ ਗਾਣਾ ਆ ਰਿਹਾ ਜੀ ਅੰਟੀਨਾ। ਹੁਣ ਆਪਣਾ ਫੈਨ ਪੇਜ ਹੈ ਨਹੀਂ ਗਾ ਜੀ, ਤੁਹਾਨੂੰ ਪਤਾ ਜੀ ਨਵਾਂ ਫੈਨ ਪੇਜ ਬਣਾਇਆ ਆਪਣਾ, ਜਿਹਦਾ URL ਹੈਗਾ www.facebook.com/kulwinderbillaofficial। ਅਤੇ ਉਸ ਪੇਜ ਦੇ ਉੱਤੇ ਤੁਸੀਂ ਮੇਰੀ ਨਵੀਂ ਅਪਡੇਟ, ਜੋ ਵੀ ਕੁਛ ਵੀ ਹੋ ਰਿਹਾ, ਜੋ ਵੀ ਗਾਣੇ ਆਉਣੇ ਨੇ। ਬਾਕੀ 12 ਤਰੀਕ ਨੂੰ ਆਪਣਾ ਅੰਟੀਨਾ ਗਾਣਾ ਆਉਣਾ, ਉਹਦੀ ਫੁੱਲ ਸਪੋਰਟ ਕਰਨੀ ਹੈ ਜੀ। ਜਿਹੜੇ ਵੀ ਸ਼ਰਾਰਤੀ ਅਨਸਰ ਨੇ ਮੇਰਾ ਪੇਜ ਡਿਲੀਟ ਕਰਵਾਇਆ ਜਾਂ ਜੋ ਵੀ ਕਿਸੇ ਕਾਰਨ ਪੇਜ ਉੱਡਿਆ ਮੇਰਾ, ਅਤੇ ਉਹਨੂੰ ਪਤਾ ਲੱਗ ਜਾਵੇ ਕਿ ਇਸ ਫੈਨ ਪੇਜ ਨਾਲ ਕੁਛ ਨਹੀਂ ਹੋਣਾ, ਅਸੀਂ ਪਿਆਰ ਇੰਨਾ ਕਰਦੇ ਹਾਂ, ਅਤੇ ਗਾਣੇ ਦੀ ਬੱਲੇ ਬੱਲੇ ਕਰਾ ਦੇਣੀ, ਕਿਉਂਕਿ ਗਾਣਾ ਬਣਿਆ ਤੁਹਾਡੇ ਲਈ ਹੈ, ਤੁਹਾਨੂੰ ਲੱਗਣਾ ਵੀ ਸਾਡਾ ਗਾਣਾ। ਹਰ ਬੰਦੇ ਨੂੰ ਚੀਜ਼ ਹੰਢਾਈ ਹੈ, ਸਭ ਨੂੰ ਲੱਗੂਗਾ ਵੀ ਮੈਂ ਕਿੱਦਾਂ ਅੰਟੀਨਾ ਸੈੱਟ ਕੀਤਾ, ਅਤੇ ਉਹਦਾ ਅੰਟੀਨਾ ਤੁਸੀਂ ਸੈੱਟ ਕਰ ਲਓ 12 ਤਰੀਕ ਨੂੰ। ਟਾਈਮ ਮੈਨੂੰ ਹਜੇ ਪਤਾ ਨਹੀਂ ਹੈ, ਟਾਈਮ ਨੇੜੇ ਜਾ ਕੇ ਦੱਸਦੇ ਕਿੰਨੇ ਵਜੇ ਆਪਾਂ ਨੇ ਗਾਣਾ ਓਪਨ ਕਰਨਾ, ਪਰ 12 ਤਰੀਕ ਤੱਕ ਤੁਸੀਂ ਨੇ ਫੁੱਲ ਸਪੋਰਟ ਕਰਨੀ ਹੈ ਜੀ। ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਗਾਣੇ ਨੂੰ ਤੁਸੀਂ ਸੁਣਨਾ, ਉਸ ਵੇਲੇ ਨਹੀਂ ਮੈਂ ਕਹਿਣਾ ਵੀ ਗਾਣੇ ਨੂੰ ਤੁਸੀਂ ਸ਼ੇਅਰ ਕਰੋ, ਉਸ ਵੇਲੇ ਤੁਸੀਂ ਆਪ, ਉਸ ਤੋਂ ਪਹਿਲਾਂ ਤੁਸੀਂ ਗਾਣੇ ਦੀ ਪੂਰੀ ਆਪਣੀ ਵਾਲ 'ਤੇ ਸ਼ੇਅਰ ਕਰਨਾ। ਪੋਸਟਰ ਮੈਂ ਅੱਜ ਨਵਾਂ ਸ਼ੇਅਰ ਕਰਨਾ ਸ਼ਾਮੀ, ਅਤੇ ਉੱਥੇ ਤੁਸੀਂ ਜਾ ਕੇ ਫਿਰ ਪੋਸਟਰ ਨੂੰ ਆਪਣੀ ਵਾਲ ਦੇ ਉੱਤੇ ਜ਼ਰੂਰ ਲਾਉਣਾ ਅਤੇ ਜ਼ਰੂਰ ਸ਼ੇਅਰ ਕਰਨਾ, ਕਿਉਂਕਿ ਸਪੋਰਟ ਜ਼ਰੂਰ ਕਰਨੀ। ਪਹਿਲਾਂ ਇੱਕ ਜ਼ਰੀਆ ਸੀ ਮੇਰੇ ਕੋਲ, ਮੇਰਾ ਫੈਨ ਪੇਜ ਸੀਗਾ, ਜਿਹਦੇ ਰਾਹੀਂ ਮੈਂ ਆਪਣਾ ਕੋਈ ਵੀ ਚੀਜ਼ ਤੁਹਾਡੇ ਨਾਲ ਅਪਡੇਟ ਕਰਦਾ ਸੀ, ਪਰ ਫਿਰ ਵੀ ਮੇਰੇ ਨਾਲ ਇੰਨਾ ਇੰਡਸਟਰੀ ਦੀ ਟੀਮ ਮੇਰੇ ਨਾਲ ਹੈ, ਬਾਕੀ ਸਾਰੇ ਮੇਰੇ ਮਿੱਤਰ ਦੋਸਤ ਸਾਰੀ ਇੰਡਸਟਰੀ ਦੇ ਨਾਲ ਨੇ, ਪਰ ਫਿਰ ਵੀ ਜਿਹਨੇ ਵੀ ਕੰਮ ਕੀਤਾ ਪਰ ਉਹਨੂੰ ਜ਼ਰੂਰ ਸਭ ਸਿਖਾਉਣਾ, ਜਿਹਨੂੰ ਜ਼ਰੂਰ ਦੱਸਣਾ ਕਿ ਛੋਟੀਆਂ ਛੋਟੀਆਂ ਗੱਲਾਂ ਨੇ ਜੀ, ਇਹ ਹੁੰਦੀਆਂ ਰਹਿੰਦੀਆਂ ਨੇ, ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਪਾਣੀਆਂ ਨੇ ਤਾਂ ਵਗਦੇ ਰਹਿਣਾ ਹੈਗਾ, ਉਹਨਾਂ ਨੇ ਰੁਕਣਾ ਨਹੀਂ ਹੈਗਾ, ਇਹ ਨਾ ਸਾਡਾ ਕੰਮ ਰੁਕਣਾ। ਅਤੇ ਸਭ ਤੋਂ ਵੱਡੀ ਗੱਲ ਹੈ, ਬੁਕਿੰਗਾਂ ਦੇ ਦਿਨਾਂ ਦੇ ਵਿੱਚ ਕਈ ਲੋਕਾਂ ਨੂੰ ਜਿਨ੍ਹਾਂ ਨੇ ਸਾਡੀ ਬੁਕਿੰਗ ਕਰਨੀ ਸ਼ੋਆਂ ਲਈ, ਉਹਨਾਂ ਜ਼ਰੂਰ ਪ੍ਰੋਬਲਮ ਆ ਰਹੀ ਹੈ। ਉਹ ਆਪਣੇ ਇੰਸਟਾਗ੍ਰਾਮ ਦੇ ਉੱਤੇ ਵੀ ਤੁਸੀਂ ਉੱਥੇ ਇੱਕ ਕੰਟੈਕਟ ਦਾ ਲਿੰਕ ਆਉਂਦਾ, ਸਿੱਧਾ ਕਲਿੱਕ ਕਰੋਗੇ ਅਤੇ ਉੱਥੋਂ ਆਪਣਾ ਸਿੱਧੀ ਕਾਲ ਆਫਿਸ ਦੇ ਨੰਬਰ 'ਤੇ ਚੱਲ ਜੂ, ਅਤੇ ਫੈਨ ਪੇਜ ਨਵਾਂ ਬਣਾਇਆ ਜਿਹੜਾ, ਉਹਦੇ ਉੱਤੇ ਵੀ ਤੁਸੀਂ ਕਾਲ ਨਾ ਉਹ ਕਰ ਸਕਦੇ ਹੋ। ਬਾਕੀ ਨੰਬਰ ਨੇ ਆਫਿਸ ਦੇ 9872013936 9350066 ਹਰਦੀਪ ਮਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਜੀ। ਓਹੋ ਲਓ ਜੀ, ਗ੍ਰੀਨ ਟੀ ਸਾਡੇ ਉੱਤੇ, ਰਵੀ ਸਾਹਿਬ ਨੇ ਜੀ ਗ੍ਰੀਨ ਟੀ ਡੋਲੀ ਸਾਡੇ ਚਾਹ ਦੇਖੋ, ਠੀਕ ਹੈ ਜੀ। ਇਹਨਾਂ ਨੇ ਫੜਾਇਆ ਨਾ, ਜਿਹੜੀ ਗਲਤ ਹੋਈ ਹੈ, ਚਲੋ ਕੋਈ ਨਹੀਂ, ਕਿਹੜਾ ਪਤਾ ਲੱਗ ਜਾਈਏ, ਇੰਨਾ ਹੀ ਆਉਣਾ ਹੈ ਨਾ, ਕੋਈ ਗੱਲ ਨਹੀਂ, ਕੋਈ ਗੱਲ ਦੇਖ ਸਕਦੇ ਹੋ ਤੁਸੀਂ। ਹਾਂ ਹਾਂਜੀ, ਕੋਈ ਗੱਲ ਨਹੀਂ ਰਵੀ ਸਾਹਿਬ, ਤੁਹਾਨੂੰ ਜਾਣ ਕੇ ਸ਼ੁਕਰ ਹੈ ਜੀ, ਬੜੀ ਗਰਮ ਨਹੀਂ ਸੀਗੀ ਹੈਂ, ਪਰ ਦੇਖੋ ਜੀ ਹੁੰਦਾ ਤਾਂ ਇਹ ਕੌੜਾ ਪਾਣੀ ਹੈ ਜੀ, ਪਰ ਪੀਣਾ ਪੈਂਦਾ ਫਿਟਨੈਸ ਵਾਸਤੇ। ਚਲੋ ਜੀ, ਹੁਣ ਆਪਾਂ ਥੋੜ੍ਹੇ ਫਿਰ ਮੈਸੇਜ ਪੜ੍ਹਦੇ ਹਾਂ। ਮੂਵੀ ਕਦੋਂ ਆਊਗੀ ਸਰ ਜੀ ਤੁਹਾਡੀ? ਮੈਨੂੰ ਜੀ ਮੂਵੀ ਇੱਕ ਬੰਦਾ ਨਹੀਂ ਕਰਨ ਦਿੰਦਾ ਜੀ, ਜਦੋਂ ਵੀ ਮੈਨੂੰ ਮਿਲਦਾ ਨਾ ਉਹ ਕਹਿੰਦਾ ਵੀ ਮੈਂ ਮੂਵੀ ਨਹੀਂ ਕਰਨ ਦੇਣੀ, ਠੀਕ ਹੈ ਜੀ। ਉਹ ਬੰਦਾ ਜੀ ਆਹ ਬੰਦਾ ਜੀ, ਇਹ ਭਰਾ ਦਾ ਮੇਰੇ ਪਿੱਛੇ ਸੱਚੀ ਬਹੁਤ ਜ਼ਿਆਦਾ ਵਧੀਆ ਹੱਥ ਰਿਹਾ। ਉਸ ਵੇਲੇ ਇਸ ਬੰਦੇ ਨੇ ਮੇਰਾ ਹੱਥ ਫੜਿਆ ਸੀ ਜਦੋਂ ਬਲਜਿੰਦਰ ਬਾਈ ਨੂੰ ਮਿਲਾਉਣ ਵਾਲਾ ਮੈਨੂੰ ਵੀਰ ਇਹ ਸੀਗਾ, ਟਸ਼ਨ ਦਾ ਰਵੀ ਸਾਡਾ ਭਰਾ ਹੈ, ਬਹੁਤ ਜ਼ਿਆਦਾ ਬਾਈ ਨੇ ਸਪੋਰਟ ਕੀਤੀ ਹੈ। ਅਤੇ ਬਾਈ ਕਹਿੰਦਾ ਹਜੇ ਮੂਵੀ ਨਹੀਂ ਕਰਨੀ, ਬਸ ਕੁਛ ਮਰਜ਼ੀ ਹੋ ਜਾਵੇ, ਕਹਿੰਦਾ ਆਪਾਂ ਨੇ ਉਦੋਂ ਹੀ ਮੂਵੀ ਕਰਨੀ ਹੈ
ਇਹ ਪਹਿਲੀ ਗੱਲ ਇਹ ਤਾਂ ਕਹਿੰਦਾ ਕਰਨੀ ਹੋਣੀ ਹੈਗੀ ਇਹ ਲੈ ਜੀ ਕੈਮਰਾ ਫਿਰ ਪੁੱਠਾ ਹੋ ਗਿਆ ਚਲੋ ਫਿਰ ਵੀ ਲੱਗੇ ਪਏ ਹਾਂ ਜੀ ਜੇ ਕਦੇ ਸਾਨੂੰ ਲੱਗਿਆ ਵੀ ਸਾਡੇ ਬੱਸ ਦੀ ਚੀਜ਼ ਹੈ ਇਹ ਅਸੀਂ ਕਰ ਸਕਦੇ ਹਾਂ ਉਹ ਫਿਰ ਉਹਦੇ ਵਿੱਚ ਜ਼ਰੂਰ ਕੰਮ ਕਰਾਂਗੇ ਵੀ ਇਹ ਸਾਡੇ ਹਿਸਾਬ ਦੀ ਚੀਜ਼ ਹੈ ਨਹੀਂ ਐਕਟਿੰਗ ਵਾਲਾ ਕੰਮ ਬਹੁਤ ਔਖਾ ਜੀ ਐਵੇਂ ਲੋਕਾਂ ਨੂੰ ਰੀਸ ਕਰਾਉਣ ਵਾਲਾ ਕੋਈ ਫਾਇਦਾ ਨਹੀਂ ਮੈਨੂੰ ਲੱਗਦਾ ਵੀ ਜੋ ਅੱਜ ਕੱਲ੍ਹ ਚੱਲੀ ਜਾਂਦਾ ਇੱਕ ਇਹਨਾਂ ਦੇ ਆਰਟਿਸਟ ਤੋਂ ਬਿਨਾਂ ਬਾਕੀ ਧੱਕਾ ਹੀ ਆ ਜੀ ਮੇਰੇ ਹਿਸਾਬ ਨਾਲ ਤਾਂ ਚਲੋ ਕੋਈ ਨਹੀਂ ਮੂਵੀ ਵਾਲਾ ਹੀ ਕੰਮ ਵੀ ਕਰਾਂਗੇ ਸਿਮਰਨ ਲਵਾਉਣਾ ਕਹਿੰਦਾ ਬਾਈ ਜੀ ਆਹ ਕਿੱਦਾਂ ਪਾਣੀ ਵੀਰ ਜੀ ਆ ਜੀ ਮੇਰੇ ਉੱਤੇ ਸੱਚੀ ਮੰਗਾ ਆਹ ਡੁੱਲ ਗਈ ਮੇਰੇ ਵੀਰ ਚਲੋ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਕੋਈ ਨਾ ਮੂਵੀ ਵੀ ਕਰ ਲਓ ਬਾਈ ਜੀ ਲਵ ਯੂ ਸਰ ਥੈਂਕ ਯੂ ਜੀ ਰਮਨਦੀਪ ਹਰਗੁਣ ਜੀ ਜੇ ਸਟਾਰ ਬਾਕੀ ਗੱਲਾਂ ਛੱਡੋ ਟਾਈਮ ਟੇਬਲ 3 ਦੀ ਡੇਟ ਦਿਓ 12 ਤਰੀਕ ਬਾਈ ਜੀ 12 ਤਰੀਕ ਸਤਿ ਸ਼੍ਰੀ ਅਕਾਲ ਭਾਅ ਜੀ ਸਾਗਾ ਮਿਊਜ਼ਿਕ ਤੋਂ ਪ੍ਰਿੰਸ ਪਨੇਜਾ ਜੀ ਢਿੱਲੋਂ ਸਾਹਿਬ ਹਾਲੋ ਫਿਲਮ ਕਰਿਓ ਨਹੀਂ ਤਾਂ ਸਾਊਂਡ ਮਰ ਜਾਣਿਆ ਹਾਂਜੀ ਹਾਂਜੀ ਸਰ ਪਦਮਪੁਰ ਕਦੋਂ ਆਉਣਾ ਜੀ ਪਦਮਪੁਰ ਵੀ ਸ਼ੋਅ ਹੈ ਜੀ ਸਾਡਾ ਮੈਨੂੰ ਲੱਗਦਾ ਮੈਨੂੰ ਹਜੇ ਡੇਟ ਨਹੀਂ ਪਤਾ ਹਰਦੀਪ ਨੂੰ ਪਤਾ ਵਾਰ ਵਾਰ ਕਹਿ ਰਿਹਾ ਜੀ ਆਪਣਾ ਗਾਣਾ ਆ ਰਿਹਾ 12 ਤਰੀਕ ਨੂੰ ਅੰਟੀਨਾ ਠੀਕ ਹੈ ਜੀ ਹੁਣ ਮੈਂ 1-2 ਮਿੰਟ ਪੂਰੇ ਤੁਹਾਡੀਆਂ ਮੈਸੇਜ ਪੜੂੰਗਾ ਜੀ ਓ ਸਾਗਰ ਬਾਈ ਲੁਕਿੰਗ ਘੈਂਟ ਬਾਈ ਥੈਂਕ ਯੂ ਜੀ ਹਾਰ ਵੀ ਹਰਿੰਦਰ ਗੁੱਡ ਲੱਕ ਵੀਰੇ ਅਨਮੋਲ ਢਲਿਓ ਚੱਲ ਕੋਈ ਨਾ ਜੀ ਸਚਿਨ ਕੁਮਾਰ ਖੋ ਨਾ ਬੈਠਾਂ ਜੀ ਉਹ ਵੀ ਸੁਣਾਉਣਾ ਸਾਨੂੰ ਉਹ ਤੈਨੂੰ ਪਾਉਣ ਤੋਂ ਪਹਿਲਾਂ ਵੀ ਬੜਾ ਦਿਲ ਡਰਦਾ ਸੀ ਤੈਨੂੰ ਪਾ ਕੇ ਵੀ ਦਿਲ ਡਰਦਾ ਏ ਕਿਤੇ ਖੋ ਨਾ ਬੈਠਾ ਥੈਂਕ ਯੂ ਹਰ ਇੱਕ ਗਾਣੇ ਨੂੰ ਤੁਸੀਂ ਇੱਦਾਂ ਹੀ ਪਿਆਰ ਦਿੰਦੇ ਰਹੋ ਹੋਰ ਜ਼ਿੰਮੇਵਾਰੀ ਬਣ ਜਾਂਦੀ ਹੈ ਥੋੜ੍ਹੇ ਦਿਨ ਪਹਿਲਾਂ ਮੈਨੂੰ ਮੇਰੇ ਪਰਸੋਂ ਉੱਥੇ ਮੇਰੇ ਮਿੱਤਰ ਦਾ ਫੋਨ ਆਇਆ ਹੈ ਨਾ ਹੁਣ ਤਾਂ ਓਕੇ ਰਿਪੋਰਟ ਹੋਣੀ ਹੈ ਬਾਈ ਜੀ ਹੈ ਨਾ ਸਾਰਾ ਕੁਝ ਗਾਣੇ ਵਧੀਆ ਚੱਲੀ ਜਾਂਦੇ ਨੇ ਹਾਂ ਵੀ ਮੈਨੂੰ ਲੱਗਦਾ ਯਾਰ ਵੀ ਆਪਾਂ ਜਿਹੜਾ ਉਹ ਟਾਈਮ ਸੀ ਉਹਦੇ ਨਾਲ ਹੁਣ ਜ਼ਿਆਦਾ ਪ੍ਰੈਸ਼ਰ ਬਣ ਗਿਆ ਕਿਉਂਕਿ ਗੱਲ ਹੈ ਵੀ ਹੁਣ ਜਦੋਂ ਤੁਸੀਂ ਇੱਕ ਮੁਕਾਮ 'ਤੇ ਹੋ ਜਾਂਦੇ ਹੋ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਤੁਸੀਂ ਸਟੇਬਲ ਕਿੱਦਾਂ ਰਹਿਣਾ ਅਤੇ ਉਹਦੇ ਕਰਕੇ ਫਿਰ ਤੁਹਾਡੇ ਪਿਆਰ ਸਦਕਾ ਨਹੀਂ 1 ਮਿੰਟ ਦੇ ਵਿੱਚ ਕਹਿਣ ਵਾਲਿਆਂ ਤਾਂ ਕਹਿਣ ਵਾਲਾ ਯਾਰ ਮਾੜਾ ਹੈ ਨਾ ਪਰ ਮਿਹਨਤ ਹੋਰ ਕਰਨੀ ਪੈਂਦੀ ਹੈ ਹਰ ਇੱਕ ਕੰਮ ਦੇ ਵਿੱਚ ਅਤੇ ਗਾਣੇ ਕੋਸ਼ਿਸ਼ ਕਰਦੇ ਹਾਂ ਵੀ ਮਾੜਾ ਤੁਹਾਡੇ ਲਈ ਨਹੀਂ ਆਵੇ ਕੋਈ ਵੀ ਵੈਸੇ ਚਾਹੁੰਦਾ ਨਹੀਂ ਹੁੰਦਾ ਵੀ ਮੈਂ ਮਾੜਾ ਗਾਣਾ ਕਰਾਂ ਪਰ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵਧੀਆ ਹੀ ਕਰੀਏ ਅਤੇ ਮਿਹਨਤ ਕਰ ਰਹੇ ਹਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਗਾਣੇ ਲੈ ਕੇ ਆਵਾਂ ਇੱਦਾਂ ਹੀ ਲੈ ਕੇ ਆ ਅਸਤ ਥਿੰਦ ਕਹਿੰਦਾ ਕੀ ਹਾਲ ਹੈ ਕੁਲਵਿੰਦਰ ਭਾਅ ਜੀ ਕੈਮ ਜੀ ਬਈ ਪੂਰੇ ਕੈਮ ਬਈ ਤੁਹਾਡੀ ਵੋਇਸ ਮੈਜਿਕ ਹੈ ਚੌਧਰੀ ਸਾਹਿਬ ਕਹਿੰਦੇ ਥੈਂਕ ਯੂ ਵੀਰੇ ਸਚਿਨ ਕੁਮਾਰ ਮੰਗੂ ਕਪੂਰ ਵਾਲੇ ਨਹੀਂ ਭਾਅ ਜੀ ਦਾ ਕੀ ਹਾਲ ਹੈ ਸੱਜਣ ਢਿੱਲੋਂ ਭਾਅ ਜੀ ਐਂਡ ਸਮਾਈਲ ਤੁਹਾਡੀ ਅੱਛਾ ਜੀ ਮਿਹਰਬਾਨੀ ਬਾਈ ਮੈਨੂੰ ਤਾਂ ਲੱਗਦਾ ਵੀ ਮੈਂ ਠੀਕ ਠੀਕ ਹੀ ਹਾਸ ਹੈ ਆਪਣੇ ਬੰਦੇ ਨੂੰ ਫੋਨ ਕੀਤਾ ਬਾਈ ਆ ਰਹੇ ਨੇਗੇ ਅੱਛਾ ਜੀ ਠੀਕ ਹੈ ਜੀ ਬ੍ਰੇਕ ਲੈਣੀ ਹੈ ਜੀ ਅੱਛਾ ਕੌਫੀ ਕੁਫੀ ਪੀ ਲਈ ਤੁਸੀਂ ਅੱਛਾ ਨਾਲ ਕੀ ਖਾਧਾ ਅੱਛਾ ਖਾਓ ਜੀ ਖਾਓ ਬਿਲਕੁਲ ਫਰਜ਼ ਬਣਦਾ ਜੀ ਭੁੱਖੇ ਹੋ ਜਾਣਾ 4-5 ਦਿਨਾਂ ਦੇ ਬਾਈ ਗ੍ਰੀਨ ਟੀ ਬਾਈ ਕਹਿੰਦਾ ਗ੍ਰੀਨ ਟੀ ਕੁੜੀਆਂ ਪੀਂਦੀਆਂ ਨੇ ਬਾਈ ਸਹੀ ਗੱਲ ਹੈ ਬਾਈ ਕਹਿੰਦਾ ਮੈਂ ਪਤਾ ਨਹੀਂ ਫਿਰ ਹੋ ਸਕਦਾ ਬਾਈ ਨੂੰ ਬਾਈ ਜੇ ਕਿਸੇ ਸਰਕਲ 'ਚ ਕੁੜੀਆਂ ਪੀਂਦੀਆਂ ਹੋਣਾ ਨਾ ਇਹ ਸਕਦਾ ਪਰ ਹਾਂ ਗ੍ਰੀਨ ਟੀ ਪੀਓ ਬਾਈ ਬਹੁਤ ਤੰਦਰੁਸਤੀ ਦਾ ਕੰਮ ਹੈ ਜੀ ਇਹ ਪੂਰਾ ਫਿਟਨੈਸ ਪੂਰੀ ਕੈਮ ਐਪ ਊਪ ਪੂਰੇ ਨਿਕਲਦੇ ਨੇ ਕਹਿੰਦੇ ਸੁਣਿਆ ਮੈਂ ਇਹਦੇ ਤੋਂ ਹੈਂ ਚਲੋ ਜੀ ਫਿਰ 10 ਮਿੰਟ ਦੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਸ਼ਿਵਮ ਦੇਵਨ ਕਹਿੰਦਾ ਜੀ ਓਕੇ ਰਿਪੋਰਟ ਹੋਣਾ ਸੌਂਗ ਜੀ ਪੂਰਾ ਕੈਮ ਸੌਂਗ ਹੈ ਜੀ 12 ਤਰੀਕ ਨੂੰ ਮਿਸ ਨਾ ਕਰਿਓ ਜੀ ਅਤੇ ਐਂਟੀਨੇ ਇਹਨੇ ਸੈੱਟ ਕਰ ਲਓ ਟਸ਼ਨ ਦਾ ਚ ਆਪਣਾ ਤੁਸੀਂ ਲਾਈਵ ਰੱਖਿਓ ਜੀ ਅਸੀਂ ਆਉਂਦੇ ਬਸ 5-7 ਮਿੰਟ ਬਾਅਦ ਓਕੇ ਜੀ ਲਵ ਯੂ